thank you ਨੇ ਸਰਪੰਚ ਸਾਹਿਬ ਜबान ਤੇ ਫੁੱਲ ਚੜਾਉਂਦੇ ਆ ਤੇ ਫਿਰ ਇਹ ਜबान ਤੇ ਫੁੱਲ ਚੜਾਉਂਦੇ ਹੀ ਨਤੀਜਾ ਹੈਗਾ ਜਿਹੜੇ ਇਲਜ਼ਾਮ ਲੱਗ ਰਹੇ ਕਿ ਜਾਂ ਕੁਝ ਸਚਾਈ ਵੀ ਹੈ ਨਹੀਂ ਵੀ ਹਾਂਜੀ ਵੀ ਸ਼ਾਬਾਸ਼ੇ ਮਿਲਨੀ ਸੀ ਉਦੋਂ ਇਹ ਬੰਦਿਆਂ ਨੇ ਆ ਵੀਦੀ ਰਲ ਕੇ ਤੇ ਬਸ ਇਹਨਾਂ ਗੱਲਾਂ ਕਰਕੇ ਉਹਨਾਂ ਨੂੰ ਸਰਪੰਚ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਆ ਜੀ ਇਹ ਤਾਂ ਉਹਨਾਂ ਦੀ ਇੱਕ ਸਾਜ਼ਿਸ਼ ਘੜੀ ਹੋਈ ਆ ਜੀ ਤੁਸੀਂ ਆ ਸਾਰਿਆਂ ਤੋਂ ਪੁੱਛ ਲਓ ਜਾਂ ਉਹ ਵੀ ਆਪਾਂ ਗਰਾਊਂਡ ਲੈਵਲ ਤੇ ਆਪਾਂ ਚੈੱਕ ਕਰੀਏ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸੰਜੇ ਟੀਵੀ ਪੰਜਾਬ ਮੈਂ ਹਾਂ ਅਰਵਿੰਦਰ ਤਨੇਜਾ ਗੱਲ ਕਰਾਂਗੇ ਜਲਾਲਾਬਾਦ ਦੇ ਇੱਕ ਐਸੇ ਪਿੰਡ ਦੀ ਜਿਹੜੇ ਪਿੰਡ ਦੇ ਵਿੱਚ 25 ਵਰਿਆਂ ਤੋਂ ਇਲੈਕਸ਼ਨ ਨਹੀਂ ਹੋਏ ਸਰਬਸੰਮਤੀ ਦੇ ਨਾਲ ਸਰਪੰਚ ਚੁਣਿਆ ਜਾਂਦਾ ਸੀ ਪਿੰਡ ਦੇ ਵਿੱਚ ਕੋਈ ਧੜੇਬੰਦੀ ਨਹੀਂ ਸੀ ਇੱਥੋਂ ਤੱਕ ਕਿ ਪਿੰਡ ਦੀ ਪੰਚਾਇਤ ਦੀ ਤਾਰੀਫ ਜਿਹੜੀ ਹੈ ਉਹ ਦੂਰ ਦੂਰ ਤੱਕ ਹੁੰਦੀ ਸੀ ਕਦੇ ਥਾਣੇ ਤਾਂ ਹੀ ਕੋਈ ਕੇਸ ਨਹੀਂ ਪਹੁੰਚਿਆ ਸੀ ਪਿੰਡ ਦੀ ਪੰਚਾਇਤ ਆਪਣੀ ਸੂਝ-ਬੂਝ ਦੇ ਨਾਲ ਪਿੰਡ ਦੇ ਮਾਮਲੇ ਪਿੰਡ ਦੇ ਵਿੱਚ ਹੀ ਸੁਲਟਾ ਲੈਂਦੀ ਸੀ ਲੇਕਿਨ ਬੀਤੇ ਕਾਲ ਖਬਰ ਅਸੀਂ ਨਸ਼ਰ ਕੀਤੀ ਸੀ ਕਿਸ ਤਰ੍ਹਾਂ ਦੇ ਨਾਲ ਪਿੰਡ ਦੇ ਨੌਜਵਾਨ ਸਰਪੰਚ ਦੇ ਉੱਤੇ ਅਲੀਗੇਸ਼ਨ ਲੱਗੇ ਆ ਪਿੰਡ ਦੇ ਹੀ ਕੁਝ ਲੋਕਾਂ ਦੇ ਵੱਲੋਂ ਆਰਟੀਆਈ ਦਾ ਹਵਾਲਾ ਦਿੱਤਾ ਗਿਆ ਸੀ ਕਿ ਆਰਟੀਆਈ ਰਾਹੀਂ ਜਾਣਕਾਰੀ ਹਾਸਲ ਕੀਤੀ ਗਈ ਹੈ ਪਿੰਡ ਦੇ ਵਿੱਚ 82 ਲੱਖ ਰੁਪਏ ਦੀ ਲਾਗਤ ਦੇ ਨਾਲ ਪਾਈਪ ਲਾਈਨ ਦਾ ਇੱਕ ਪ੍ਰੋਜੈਕਟ ਆਇਆ ਸੀ ਔਰ આરોਪ ਸਨ ਕਿ ਉਹ ਪ੍ਰੋਜੈਕਟ ਜਿਹੜਾ ਹੈਗਾ ਉਸ ਦੇ ਵਿੱਚ ਜਿਹੜਾ ਕਿ ਸਰਪੰਚ ਸਾਹਿਬ ਹੈਗੇ ਆ ਉਹਨਾਂ ਦੇ ਵੱਲੋਂ ਆਪਣੇ ਚਾਹੇਤਿਆਂ ਨੂੰ ਜਿਹੜਾ ਉਸ ਦੇ ਉਸ ਦਾ ਲਾਹਾ ਜਿਹੜਾ ਹੈਗਾ ਉਹ ਦਿੱਤਾ ਗਿਆ ਤਾਂ ਫਿਲਹਾਲ ਇਹ ਸਾਰੇ આરોਪਾਂ ਦੇ ਖਿਲਾਫ ਜੇਕਰ ਗੱਲ ਕੀਤੀ ਜਾਵੇ ਤਾਂ ਅੱਜ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਆ ਪਿੰਡ ਦੇ ਵਸਿੰਦੇ ਇਕੱਠਾ ਹੋਏ ਆ ਪਿੰਡ ਦੇ ਨੁਮਾਇंदे ਇਕੱਠਾ ਹੋਏ ਆ ਗੱਲਬਾਤ ਕਰਾਂਗੇ ਇਹਨਾਂ ਦੇ ਨਾਲ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰਕਾਰ ਪੂਰੇ ਮਸਲੇ ਦੇ ਵਿੱਚ ਸਚਾਈ ਕੀ ਹੈ ਇਹਨਾਂ ਦਾ ਕੀ ਕਹਿਣਾ ਹੈ ਇਹਦੇ ਵਿੱਚ ਸਹੀ ਕੌਣ ਹੈ ਤੇ ਗਲਤ ਕੌਣ ਹੈ ਇਹ ਜਾਂਚ ਦਾ ਵਿਸ਼ਾ ਹੈ ਲੇਕਿਨ ਅਸੀਂ ਕੋਸ਼ਿਸ਼ ਕੋਸ਼ਿਸ਼ ਇੱਕ ਜ਼ਰੂਰ ਜਿਹੜੀ ਆ ਉਹ ਕਰਾਂਗੇ ਪੱਖ ਜਾਣਨ ਦੀ ਕਿ ਆਖਿਰਕਾਰ ਪੂਰਾ ਮਾਮਲਾ ਹੈ ਕਿ ਤਾਂ ਇੱਕ ਇਹੋ ਜੀ ਪੰਚਾਇਤ ਜਿਹੜੀ ਇੰਨੀ ਸੁਲਝੀ ਹੋਈ ਸੀ ਜਿਸ ਨੇ ਕਦੇ ਥਾਣੇ ਤੱਕ ਕੋਈ ਮਾਮਲਾ ਨਹੀਂ ਪਹੁੰਚਣ ਦਿੱਤਾ ਸੀਗਾ ਜਿਸ ਪੰਚਾਇਤ ਦੀ ਤਾਰੀਫ ਜਿਹੜੀ ਹੈ ਇਲਾਕੇ ਦੇ ਵਿੱਚ ਹੁੰਦੀ ਸੀ ਤੇ ਆਖਿਰਕਾਰ ਕੀ ਉਹ ਵਜ੍ਹਾ ਹੋਈ ਕਿ ਪਿੰਡ ਦੇ ਵਿੱਚ ਧੜੇਬੰਦੀ ਵੀ ਬਣ ਗਈ ਪਿੰਡ ਦੇ ਵਿੱਚ ਜਿਹੜਾ ਹੈਗਾ ਆਪਸੀ ਭਾਈਚਾਰਕ ਸਾਂਝ ਸੀ ਉਸ ਨੂੰ ਅੱਜ ਖਤਰਾ ਪੈਦਾ ਹੋ ਗਿਆ ਜੀ ਜੀ ਸਰ ਕੀ ਨਾਂ ਹੈ ਜੀ ਤੁਹਾਡਾ ਯਾਦਵੀਰ ਸਿੰਘ ਆ ਜੀ ਆरोप ਲੱਗੇ ਆ ਸਰਪੰਚ ਸਾਹਿਬ ਦੇ ਯੂਥ ਤੋਂ ਹੀ ਸਰਪੰਚ ਸਾਹਿਬ ਆਉਂਦੇ ਆ ਯੂਥ ਨੇ ਅੱਜ ਤੁਸੀਂ ਸਰਪੰਚ ਸਾਹਿਬ ਦੇ ਹੱਕ ਚ ਉਤਰੇ ਹੋ ਸ਼ੁਰੂਆਤ ਤੁਹਾਡੇ ਪਿੰਡ ਚ ਕਹਿੰਦੇ ਆ ਕਿ ਪਾਈਪ ਲਾਈਨ ਆਈ ਸੀ ਇੱਕ ਪ੍ਰੋਜੈਕਟ ਆਇਆ ਸੀ 82 ਲੱਖ ਰੁਪਏ ਦਾ ਜੇ ਮੈਂ ਗਲਤ ਨਹੀਂ ਤਾਂ 82 ਲੱਖ ਦਾ ਸੀਗਾ ਉਹਦੇ ਚ ਕਹਿੰਦੇ ਵੀ ਸਰਪੰਚ ਸਾਹਿਬ ਨੇ ਆਪਦੇ ਚ ਹੇਤਿਆਂ ਨੂੰ ਉਹਦਾ ਫਾਇਦਾ ਪਹੁੰਚਾਇਆ ਕਿੰਨੀ ਕੁ ਸਚਾਈ ਨਹੀਂ ਨਹੀਂ ਜੀ ਇਹ ਤਾਂ ਸਾਰਾ तकरीबन ਝੂਠ ਆ ਜੀ ਹੁਣ ਜਿਹੜੇ ਬੰਦਿਆਂ ਨੇ ਐਲੀਕੇਸ਼ਨ ਲਾਏ ਆ ਆਪਾਂ ਦੇਖੀਏ ਆ ਵੀਡੀਓ ਉਹੀ ਤਾਂ ਸਰਪੰਚ ਦੇ ਨਾਲ ਹੁੰਦੇ ਸੀ ਨਾਲ ਸਰਪੰਚ ਦੇ ਜਾਂਦੇ ਸੀਗੇ ਸਾਰਾ ਕੁਝ ਆਪ ਕਰਦੇ ਕਾਮਯਾਬ ਹੋ ਗਿਆ ਜਦੋਂ ਸਰਪੰਚ ਨੂੰ ਕ੍ਰੈਡਿਟ ਮਿਲਣਾ ਸੀਗਾ ਵੀ ਹਾਂਜੀ ਵੀ ਸ਼ਾਬਾਸ਼ ਮਿਲਣੀ ਸੀ ਉਦੋਂ ਇਹ ਬੰਦਿਆਂ ਨੇ ਆ ਵੀ ਦੀ ਰਲ ਕੇ ਉਸ ਚੀਜ਼ ਨੂੰ ਮੰਨ ਕੇ ਚੱਲੋ ਗਲਤ ਠਰਾਉਣ ਦੀ ਕੀਤੀ ਹੋਈ ਆ ਇਹਨਾਂ ਦੇ ਜਿਹੜੇ ਮੈਂਬਰ ਆ ਸਤਪਾਲ ਸਿੰਘ ਤੁਸੀਂ ਉਹਨਾਂ ਦੇ ਚੈੱਕ ਕਰ ਸਕਦੇ ਆ ਨਾਲ ਹੀ ਲੱਗਦੇ ਖੇਤ ਆ ਜੀ ਉਹਨਾਂ ਨੇ ਮੌਜੂਦਾ ਮੈਂਬਰ ਹੋ ਕੇ ਸਭ ਤੋਂ ਪਹਿਲਾਂ ਉਹਨਾਂ ਨੇ ਗਲਤ ਆਪਕਾਮ ਕੀਤਾ ਜਿਹੜੀ ਉਹਨਾਂ ਨੇ ਡੇਢ ਕੇ 2 ਕਿਲਾ ਪਾਇਪ ਗਲਤ ਪਵਾਈਆ ਫਿਰ ਇੱਕ ਜਸਵਿੰਦਰ ਸਿੰਘ ਮੈਂਬਰ ਆ ਜੀ ਉਹਨਾਂ ਦੀ ਤੁਸੀਂ ਚੈੱਕ ਕਰ ਸਕਦੇ ਹੋ ਉਹਨਾਂ ਨੇ ਜਿਹੜੀ ਗਲਤ ਪੈਪ ਉਹਨਾਂ ਦੀ ਪਈ ਹੋਈ ਆ ਤੇ ਬਸ ਇਹਨਾਂ ਗੱਲਾਂ ਕਰਕੇ ਉਹਨਾਂ ਨੂੰ ਸਰਪੰਚ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਆ ਜੀ ਜੇ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਦੇ ਪਾਈਪ ਲਾਈਨ ਜਿਹੜੀ ਹੈਗੀ ਆ ਉਹ ਗਲਤ ਪਈ ਆ ਜਿੱਦਾਂ ਦੇ આરોਪ ਆ ਵਿੱਚ ਚਹੇਤਿਆਂ ਨੂੰ ਜਿਹੜਾ ਫਾਇਦਾ ਪਹੁੰਚਾਇਆ ਗਿਆ ਤੇ ਜੇ ਚਲੋ ਆਪਾਂ ਮੰਨ ਲਏ ਉਹ ਚਹੇਤੇ ਆ ਉਹਨਾਂ ਨੂੰ ਫਾਇਦਾ ਪਹੁੰਚਾਇਆ ਤੇ ਫਿਰ ਉਹ ਕਾਹਦੇ ਲਈ ਵਿਰੋਧ ਕਰ ਰਹੇ ਆ ਇਹ ਤਾਂ ਰੌਲਾ ਤਾਂ ਇਹ ਹੀ ਆ ਜੀ ਮੇਰੀ ਗੱਲ ਸੁਣੋ ਜਦੋਂ 4 ਸਾਲ ਪਹਿਲਾਂ ਸਰਪੰਚ ਹੋ ਗਿਆ ਵਧੀਆ ਪਿੰਡ ਦੇ ਕੰਮ ਹੋਈ ਜਾਂਦੇ ਆ ਤੁਸੀਂ ਦੇਖਿਆ ਜੀ ਆ ਜਿਹੜੀ ਛੱਪੜ ਦਾ ਵਿਕਾਸ ਹੋਇਆ ਜਾਂ ਕੋਈ ਪਿੰਡ ਦਾ ਵਿਕਾਸ ਹੋਇਆ ਅੱਜ ਤਾਂ ਉਹਨਾਂ ਨੂੰ ਇਹ ਸੀਗਾ ਵੀ ਸਰਪੰਚ ਵਧੀਆ ਸਰਬਸੰਮਤੀ ਨਾਲ ਬਣਿਆ ਹੋਇਆ 4 ਸਾਲ ਵਧੀਆ ਕੰਮ ਕਰਤੇ ਲੋਕ ਜੁੜੇ ਆ ਉਹ ਤੈਨੂੰ ਬਦਨਾਮ ਕਰਨ ਲਈ ਛੋਸ਼ਾ ਛੜਤਾ ਜੀ ਉਹਨਾਂ ਨੇ ਯਾਰ ਘਰ ਇਕੱਠੇ ਹੋ ਗਏ ਵੀ ਹੋ ਸਕਦਾ ਵੀ ਗਾਂ ਨੂੰ ਨਾ ਸਰਪੰਚ ਪੈਰ ਜਮਾਵੇ ਜੀ ਅਗਲੇ 5 ਸਾਲਾਂ ਨੂੰ ਇਹ ਤਾਂ ਉਹਨਾਂ ਦੀ ਇੱਕ ਸਾਜ਼ਿਸ਼ ਘੜੀ ਹੋਈ ਆ ਜੀ ਤੁਸੀਂ ਆ ਸਾਰਿਆਂ ਤੋਂ ਪੁੱਛ ਲਓ ਜਾਂ ਉਹ ਵੀ ਆਪਾਂ ਗਰਾਊਂਡ ਲੈਵਲ ਤੇ ਆਪਾਂ ਚੈੱਕ ਕਰੀਏ ਅੱਜ ਦੇ ਟਾਈਮ 'ਚ ਸਾਨੂੰ ਇਹੋ ਜਿਹਾ ਸਰਪੰਚ ਨਹੀਂ ਮਿਲਣਾ ਜੀ ਜੇ ਆਪਾਂ ਪਿਛਲੇ ਸਰਪੰਚਾਂ ਦੀ ਗੱਲ ਕਰੀਏ ਹੁਣ ਮੰਨ ਕੇ ਚਲੋ ਆਪਣੇ ਪਿੰਡ ਟੂਰਨਾਮੈਂਟ ਹੁੰਦਾ ਠੀਕ ਹੈ ਜੀ ਕਈ ਅੱਜ ਦੇ ਸਰਪੰਚ ਆ ਜਿਹੜੇ 2000 ਰੁਪਿਆ ਪੋਸਟਰ ਤੇ ਲੁਖਵਾ ਕੇ ਮੁੱਕਰ ਗਏ ਤੇ ਅੱਜ ਇਹ ਬੰਦਾ ਟੂਰਨਾਮੈਂਟ ਤੇ 50 60000 ਰੁਪਿਆ ਲਾਉਂਦਾ ਜੀ ਨਾ ਵੀ ਲੈ ਦੋ ਕਿ ਨਹੀਂ ਨਹੀਂ ਉਹ ਫੇਰ ਆ ਜਾਂਦਾ ਜੀ ਅਗਰ ਜਿਹੜੇ ਵੇਖ ਲੈਣਗੇ ਉਹਨਾਂ ਨੂੰ ਪਤਾ ਹੀ ਆਈ ਠੀਕ ਆ ਜੀ ਫੇਰ ਤੁਸੀਂ ਇਹ ਦੇਖੋ ਵੀ ਆ ਸਾਡੇ ਪਿੰਡ ਵਾਲਿਆਂ ਨੂੰ ਪਤਾ ਹੁੰਦਾ ਨਾ ਪੰਜਾਬ ਦੇ ਲੋਕਾਂ ਨੂੰ ਨਹੀਂ ਪਤਾ ਨਹੀਂ ਤੇ ਤੁਸੀਂ ਇਹ ਦੇਖੋ ਜੀ ਆਪਣਾ ਯੂਥ ਹੁਣ ਵੀ ਖੇਡ ਰਿਹਾ ਅਸੀਂ ਵੀ ਖੇਡ ਗਏ ਸੀ ਨਸ਼ੇ ਤੋਂ ਰਹਿਤ ਆ ਜੀ ਕਿੰਨਾ ਕਰਕੇ ਇਹਨਾਂ ਦੀ ਬਦੌਲਤ ਠੀਕ ਆ ਜੀ ਪਹਿਲਾਂ ਇਹ ਯੂਥ ਦੇ ਪ੍ਰਧਾਨ ਸੀਗੇ ਠੀਕ ਆ ਜੀ ਤੇ ਉਦੋਂ ਵੀ ਇਹਨਾਂ ਨੇ ਅੱਗੇ ਲਾ ਕੇ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਹੁਣ ਵੀ ਤੁਹਾਨੂੰ ਦੱਸਿਏ ਵੀ ਕੋਈ ਵੀ ਕਦੇ ਗੱਲ ਹੁੰਦੀ ਆ ਸਾਡੀ ਜ਼ੁਬਾਨ ਤੇ ਸਰਪੰਚ ਸਾਹਿਬ ਫੁੱਲ ਚੜਾਉਂਦੇ ਆ ਇਹ ਤਾਂ ਇੱਕ ਜੀ ਬਦਨਾਮ ਕਰਨ ਦੀ ਸਾਜ਼ਿ ਤੇ ਫੁੱਲ ਚੜਾਉਂਦੇ ਆ ਤੇ ਫਿਰ ਇਹ ਜ਼ਬਾਨ ਤੇ ਫੁੱਲ ਚੜਾਉਂਦਾ ਹੀ ਨਤੀਜਾ ਹੈਗਾ ਜਿਹੜੇ ਇਲਜ਼ਾਮ ਲੱਗ ਰਹੇ ਕਿ ਜਾਂ ਕੁਝ ਸਚਾਈ ਵੀ ਇਹਦੇ ਚ ਸਰ ਅੱਜ ਤੋਂ 4 ਸਾਲ ਪਹਿਲਾਂ ਸਰਪੰਚ ਨੂੰ ਸਰਵਸੰਮਤੀ ਨਾਲ ਬਣਾਇਆ ਉਹੀ ਮੈਂਬਰ ਉਹੀ ਸਾਰਾ ਪਿੰਡ ਅੱਜ ਉਹ ਵਿਕਾਸ ਦੇ ਕੰਮ ਕਰ ਰਿਹਾ ਪਾਈਪਲਾਈਨ ਆਈ ਹੈ ਜਾਂ ਚਾਰ ਦਿਵਾਰੀ ਗਰਾਊਂਡ ਬਣਿਆ ਖੇਡਣ ਲਈ ਬੱਚਿਆਂ ਦੇ ਜਾਂ ਸਕੂਲ ਦਾ ਵਿਕਾਸ ਹੋਇਆ ਅੱਜ ਉਹੀ ਸਰਪੰਚ ਮਾੜਾ ਹੋ ਗਿਆ ਸਰਪੰਚ ਨੂੰ ਡੇਗਣ ਦੀ ਖਾਤਰ ਪਾਈਪਲਾਈਨ ਦਾ ਵਿੱਚ ਮੁੱਦਾ ਬਣਾ ਕੇ ਕਰ ਰਹੇ ਆ ਨਾ ਕਿ ਕੋਈ ਇਸ ਦੇ ਵਿੱਚ ਸੱਚਾਈ ਆ ਸਰਪੰਚ ਬਿਲਕੁਲ ਯੂਥ ਨੂੰ ਨਾਲ ਲੈ ਕੇ ਜਾ ਰਿਹਾ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਮੇਰੇ ਸਾਥੀ ਨੇ ਬਿਲਕੁਲ ਇਹਦੇ ਵਿੱਚ ਕੋਈ ਸੱਚਾਈ ਨਹੀਂ ਸਰਪੰਚ ਬਿਲਕੁਲ ਵਧੀਆ ਕੰਮ ਕਰ ਰਹੇ ਕੀ ਕਹਿਣਾ ਚਾਹੋਗੇ ਕੀ ਆਖਿਰਕਾਰ ਵਜ੍ਹਾ ਕੀ ਹੋएगी ਆ ਤੁਸੀਂ ਮੈਂਬਰ ਵੀ ਹੋ ਪੰਚਾਇਤ ਦੇ ਪੰਜ ਮੈਂਬਰ ਹੁੰਦੇ ਆ ਹਾਂਜੀ ਤੁਸੀਂ ਵੀ ਸਰਵਸੰਮਤੀ ਨਾਲ ਚੁਣੇ ਗਏ ਹੋਵੋਗੇ ਤੁਹਾਡਾ ਕੀ ਫਾਇਦਾ ਕੀਤਾ ਸਰਪੰਚ ਸਾਹਿਬ ਨੇ ਚੇਤੇ ਤਾਂ ਹੋਵੋਗੇ ਫਿਰ ਸਰਪੰਚ ਸਾਹਿਬ ਨੇ ਨਾ ਕੀਤਾ ਜੀ ਇੱਕ ਤਾਂ ਪਾਈਪਲਾਈਨ ਪੁਆਈ ਜੀ ਤੇ ਦੂਸਰਾ ਸਟੇਡੀਅਮ ਉਹ ਵਧੀਆ ਬਣਾਇਆ ਇਹਨਾਂ ਨੇ ਸਕੂਲ ਦੇ ਕੰਮ ਦਾ ਕੀਤਾ ਆ ਉੱਪਰ ਪਹਿਲਾਂ ਛੋਟੀਆਂ ਜਿਹਾ ਕੋਈ ਨਿੱਜੀ ਵੀ ਫਾਇਦਾ ਕੀਤਾ ਸਰਪੰਚ ਸਾਹਿਬ ਨੇ ਕਾਨੂੰਨ ਤੋਂ ਬਾਹਰ ਜਾ ਕੇ ਕੋਈ ਨਿੱਜੀ ਫਾਇਦਾ ਵੀ ਕੀਤਾ ਨਹੀਂ ਨਹੀਂ ਇੱਥੇ ਕੀਤਾ ਬਸ ਪਿੰਡ ਦਾ ਜੀ ਪਿੰਡ ਦਾ ਕੀਤਾ ਹਾਂ ਜੀ ਸਾਂਝਾ ਕੰਮ ਕੀਤਾ ਜੀ ਸਾਂਝਾ ਹਾਂ ਜੀ ਅੱਛਾ આરોਪ ਜਿਹੜੇ ਬੜੇ ਲਾਉਂਦੇ ਆ ਕਹਿੰਦੇ ਵੀ ਸਰਪੰਚ ਸਾਹਿਬ ਜਿਹੜੇ ਆ ਗਾਰਡਰ ਜਿਹੜੇ ਸੀ ਸਕੂਲ ਦੇ ਲਾ ਕੇ ਲੈ ਕੇ ਘਰੇ ਚੱਪੜ ਪਾ ਲਿਆ ਕਿੰਨੀ ਕੋ ਸੱਚਾਈ ਹੈ ਦੇਖੋ ਜੀ ਇਹ ਤਾਂ ਸਾਰਾ ਪਿੰਡ ਜਾਣਦਾ ਵੀ ਸਰਪੰਚ ਸਾਹਿਬ ਕਿੰਨਾ ਕੋ ਬੇਈਮਾਨ ਹੈ ਜਾਂ ਕਿੰਨਾ ਕੋ ਮਾਨਦਾਰ ਹੈ ਜਿਹੜਾ ਬੰਦਾ ਤਨਾਮ ਨਹੀਂ ਹੁੰਦਾ ਸਚਾਈ ਸਾਰੇ ਸਾਹਮਣੇ ਆ ਜਾਣੀ ਹੈ ਜੇ ਉਹ ਦੋ ਮੈਂਬਰਾਂ ਦੀ ਨੇ ਪਾਈਪ ਲਾਈਨ ਪਵਾਤੀ ਫਿਰ ਤਾਂ ਸਰਪੰਚ ਚੰਗਾ ਸੀ ਜੇ ਸਰਪੰਚ ਨੇ ਉਹ ਕਿਹਾ ਵੀ ਤੁਸੀਂ ਆਪਦੇ ਨਕਸ਼ੇ ਤੋਂ ਬਾਹਰ ਨਾ ਪਾਓ ਬੈਬਲਨ ਇਹਨਾਂ ਸਾਰੇ ਜੁੜ ਕੇ ਇਕੱਠੇ ਹੋ ਗਏ ਤੇ ਸਰਪੰਚ ਦੇ ਉਲਟ ਹੋ ਗਏ ਆ ਸਰਪੰਚ ਨੂੰ ਸਜ਼ਾ ਮਿਲਿਆ ਹੋਰ ਕੋਈ ਸਰਪੰਚ ਦਾ ਐਡਾ ਕੋਈ ਵੱਡਾ ਰੋਲ ਹੈ ਨਹੀਂਗਾ ਕਿਸੇ ਕੰਮ ਦੇ ਵਿੱਚ ਤੇ ਜੇ ਉਹਨੇ ਕੰਮ ਕੀਤਾ ਛੱਪੜ ਦਾ ਕੀਤਾ ਜਾਂ ਹੋਰ ਪਿੰਡ ਦੇ ਸਕੂਲ ਦਾ ਕੰਮ ਕੀਤਾ ਤੇ ਉਹ ਸਾਰਾ ਕੁਝ ਸਹੀ ਏ ਤੇ ਕਹਿਨੋ ਜੀ ਨਾ ਦੋਸ਼ਲਾਤ ਹੈ ਜੀ ਸਰਪੰਚ ਸਟੇਡੀਅਮ ਦੇ ਪੈਸੇ ਖਾ ਗਿਆ ਜੀ ਬੋਲੀ ਰੇਕ ਵਾਰੀ ਹੁੰਦੀ ਹੈ ਬੋਲੀ ਦੇ ਪੈਸੇ ਖਾ ਜਾਂਦਾ ਜੀ ਘਰੇ ਬੈਠਾ ਬੋਲੀ ਕਰਾਂਦਾ ਦੇਖੋ ਸਕੂਲ ਦੇ ਵਿੱਚ ਇੰਨੇ ਬੰਦੇ ਆ ਤੇ ਕੋਈ ਉਹ ਝੂਠ ਸਾਰਾ ਬੋਲਣਗੇ ਜਾਂ ਸਕੂਲ ਦੀ ਵੀਡੀਓ ਹੈਗੀ ਆਪਣੇ ਕੋਲੇ ਉਹ ਜਿੱਥੇ ਮਰਜ਼ੀ ਚੈੱਕ ਕਰ ਲੈਣ ਸਰਪੰਚ ਸਾਹਿਬ ਕੋਲੇ ਪਈ ਆ ਸਾਡੇ ਕੋਲ ਵੀ ਹੈਗੀ ਜਾਂਦੀ ਜਿਹੜੀ ਬੋਲੀ ਹੋਈ ਸੀ ਪਰ ਦੋਸ਼ ਲਾਣੇ ਸੌਖੇ ਨੇ ਉਹਨਾਂ ਦਾ ਗਾਂ ਦਿਖਾਉਣਾ ਪਤਾ ਲੱਗ ਜੇ ਇਹਨਾਂ ਨੂੰ ਕੀ ਪਾ ਹੈਗਾ ਕੀ ਸਿਸਟਮ ਹੈਗਾ ਕੀ ਨਹੀਂ ਹੈਗਾ ਅੱਜ ਹੀ ਸਰਪੰਚ ਸਾਹਿਬ ਦੇ 12 ਲੱਖ ਰੁਪਏ ਅਕਾਊਂਟ ਵਿੱਚ ਪਿਆ ਹੈ ਜੇ ਸਰਪੰਚ ਬੇਈਮਾਨ ਹੁੰਦਾ ਤਾਂ 12 ਲੱਖ ਕਢਾ ਨਹੀਂ ਸਕਦਾ ਸੀ ਇਹ ਦੱਸੋ ਮੈਨੂੰ ਤੁਸੀਂ ਉਹ ਖਾ ਜਾਂਦਾ ਉਹਨਾਂ ਅਕਾਊਂਟ ਵਿੱਚ ਕਾਦੇ ਰੱਖਣੇ ਉਹ ਤਾਂ ਯੰਗ ਬਲੱਡ ਵਾਸਤੇ ਰੱਖੇ ਸੀ ਉਹਨਾਂ ਵੀ ਸਟੇਡੀਅਮ ਦਾ ਕੰਮ ਕਰਾਂਗੇ ਅਸੀਂ ਮੁੰਡਿਆਂ ਨੂੰ ਨੈੱਟ ਨਟ ਲਾ ਕੇ ਦੇਾਂਗੇ ਜਿੰਮ ਲਾ ਕੇ ਦੇਾਂਗੇ ਆਲੇ ਦੁਆਲੇ ਫੁੱਲ ਲਾਵਾਂਗੇ ਸਟੇਡੀਅਮ ਦੇ ਵਿੱਚ ਘਾਹ ਲਾ ਕੇ ਮੁੰਡੇ ਸੈਰ ਕਰਨਗੇ ਪਰ ਉਹਨਾਂ ਨੂੰ ਸਿਲਾਇਆ ਦਿੱਤਾ ਗਿਆ ਹੈ ਚੰਗੇ ਕੰਮ ਤਾਂ ਦੇਖੋ ਤੁਸੀਂ ਵੀ ਜਿਹੜੇ 2-3 ਮੈਂਬਰਾਂ ਦੇ ਆਖੇ ਨਹੀਂ ਲੱਗਿਆ ਉਹ ਅੱਜ ਉਹ ਮੈਂਬਰ ਉਲਟ ਹੋ ਗਏ ਅੱਜ ਸਰਪੰਚੀ ਤੋੜਨ ਦੇ ਪ੍ਰਬੰਧ ਕਰਾਓ ਜੀ ਅੱਗਾ ਹੁਣ ਲੋਕਾਂ ਦੀ ਮਰਜ਼ੀ ਆ ਸਰਕਾਰ ਦੀ ਮਰਜ਼ੀ ਏ ਉਹਨਾਂ ਕੀ ਕਰਨਾ ਨਹੀਂ ਕਰਨਾ ਬਾਕੀ ਸਾਡੀ ਤਾਂ ਇਹ ਹੀ ਹੈਗੀ ਵੀ ਜੋ ਸਚਾਈ ਏ ਲੋਕਾਂ ਦੇ ਸਾਹਮਣੇ ਆਵੇ ਲੋਕਾਂ ਨੂੰ ਪਤਾ ਲੱਗੇ ਜੀ ਵੈਗੜੀ ਜੀ ਦਾ ਖਾਲਸਾ ਵੈਗੜੀ ਫਤਿਹ ਤਾਂ ਬਿਲਕੁਲ ਜੇਕਰ ਗੱਲ ਕੀਤੀ ਜਾਵੇ ਤਾਂ ਇਹ ਪਿੰਡ ਜਿਹੜਾ ਹੈਗਾ ਦੋ ਧੜਿਆਂ ਚ ਜ਼ਰੂਰ ਦਿਖਾਈ ਦੇ ਰਿਹਾ ਵੰਡਦਾ ਹੋਇਆ ਜੀ ਕੀ ਕਹਿਣਾ ਚਾਹੁੰਦੇ ਹੋ ਮੈਂ ਮੈਂ ਤਾਂ ਇਹ ਹੀ ਕਹਿਣਾ ਚਾਹੁੰਦਾ ਵੀ ਸਰਪੰਚ ਜੰਗ ਦੇ ਸਰਪੰਚਾ ਜੀ ਇਹਨੇ ਸਾਰੇ ਸਾਡੇ ਪਿੰਡ ਦੇ ਵਿੱਚ ਇੱਕ ਵੀ ਬੰਦਾ ਨਸ਼ੇ ਵਾਲਾ ਨਹੀਂ ਹੈਗਾ ਜੀ ਮੰਨ ਲਓ ਆਮ ਆਪਾਂ ਆਸਤੇ ਪਾਸੇ ਪਿੰਡਾਂ 'ਚ ਦੇਖਦੇ ਆ ਵੀ ਕਿੰਨੇ ਕੇਸ ਆ ਜਾਂਦੇ ਨਸ਼ੇ ਦੇ ਸਾਡੇ ਪਿੰਡ ਦੇ ਵਿੱਚ ਤੁਸੀਂ ਚੈੱਕ ਕਰਕੇ ਵੇਖੋ ਵੀ ਇੱਕ ਵੀ ਕੇਸ ਨਸ਼ੇ ਦਾ ਹੈ ਨਹੀਂਗਾ ਜੀ ਮੰਨ ਲਓ ਜੰਗ ਹੈਗਾ ਖੇਡਾਂ ਵਿੱਚ ਰੱਖਦਾ ਦਿਲਚਸਪੀ ਰੱਖਦਾ ਅਸੀਂ ਵੀ ਖੇਡਦੇ ਆ ਜੀ ਮਨ ਉਹ ਸਾਡੀ ਸਪੋਰਟ ਫੁੱਲ ਕਰਦਾ ਉਹ ਤਾਂ ਜੀ ਐਵੇਂ ਔਰੋਪ ਲਾ ਰਹੇ ਆ ਮਨੇ ਚਲੋ ਝੂਠੇ ਸਰਪੰਚ ਤੇ ਬੇਮਾਨਾ ਚਲੋ ਸਰਪੰਚ ਐ ਕਰਦਾ ਸਰਪੰਚ ਐ ਕਰਦਾ ਮਨੇ ਚਲੋ ਉਹਨਾਂ ਤੋਂ ਜਰਿਆ ਨਹੀਂ ਜਾਂਦਾ ਜੀ ਸਰਪੰਚ ਨਾਲ ਇਹਦੇ ਵਧੀਆ ਕੰਮ ਕਰਦਾ ਜੀ ਯੂਥ ਲਈ ਬਹੁਤ ਵਧੀਆ ਕਰਦਾ ਜੀ ਬਿਲਕੁਲ ਜੇਕਰ ਗੱਲ ਕੀਤੀ ਜਾਵੇ ਤਾਂ ਸੱਚਾ ਕੌਣ ਹੈ ਝੂਠਾ ਕੌਣ ਹੈ ਇਹ ਤੁਹਾਡੀ ਕਚਹਿਰੀ ਦੇ ਵਿੱਚ ਜਿਹੜਾ ਅਸੀਂ ਦਿਖਾ ਰਹੇ ਆ ਲੇਕਿਨ ਇਹ ਸਾਰੇ ਦੇ ਵਿੱਚ ਇੱਕ ਗੱਲ ਜ਼ਰੂਰ ਜਿਹੜੀ ਮਹਿਸੂਸ ਹੋ ਰਹੀ ਹੈ ਕਿ ਜਿਹੜਾ ਪਿੰਡ ਕਦੇ ਵੀ ਅੱਜ ਜਿਹੜਾ ਕਿ ਥਾਣੇ ਕੇਸ ਨਹੀਂ ਜਾਣ ਦਿੰਦਾ ਸੀ ਜਾਂ ਜਿਹੜੇ ਪਿੰਡ ਦੇ ਵਿੱਚ ਇਲੈਕਸ਼ਨ ਨਹੀਂ ਹੁੰਦੇ ਸੀ ਅੱਜ ਉਹ ਪਿੰਡ ਦੋ ਧੜਿਆਂ ਦੇ ਵਿੱਚ ਵੰਡਿਆ ਹੋਇਆ ਜ਼ਰੂਰ ਦਿਖਾਈ ਦੇ ਰਿਹਾ ਹੈ ਫਿਲਹਾਲ ਇਸ ਮਾਮਲੇ ਦੇ ਵਿੱਚ ਸੱਚਾ ਕੌਣ ਹੈ ਝੂਠਾ ਕੌਣ ਹੈ ਜਾਂਚ ਦਾ ਵਿਸ਼ਾ ਹੈਗਾ ਲੇਕਿਨ ਅੱਜ ਵੱਡੀ ਤعداد ਦੇ ਵਿੱਚ ਪਿੰਡ ਦੇ ਸਰਪੰਚ ਦੇ ਹੱਕ ਦੇ ਵਿੱਚ ਪਿੰਡ ਵਾਸੀ ਨਿਤਰੇ ਹੈ ਜਦ ਸਾਡੇ ਵੱਲੋਂ ਇੱਕ ਖਬਰ ਜਿਹੜੀ ਐ ਨਸ਼ਰ ਕੀਤੀ ਗਈ ਤਾਂ ਅੱਜ ਉਸ ਦਾ ਜਵਾਬ ਦੇਣ ਦੇ ਲਈ ਪਿੰਡ ਦੇ ਦੂਸਰੀ ਧੀਰ ਜਿਹੜੀ ਆ ਉਹ ਸਾਹਮਣੇ ਆਈ ਹੈ ਫਿਲਹਾਲ ਦੇਖਣਾ ਹੋਏਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਪਿੰਡ ਦੇ ਸਿਆਣੇ ਲੋਕ ਜਿਹੜੇ ਅੱਜ ਤਾਈਂ ਇਸ ਪਿੰਡ ਨੂੰ ਸੰਭਾਲ ਕੇ ਰੱਖਿਆ ਜਿਨ੍ਹਾਂ ਨੇ ਕਿਉਂਕਿ ਦੱਸ ਦਈਏ ਕਿ ਪੰਜਾਬ ਦੇ ਵਿੱਚ ਜਿੱਥੇ ਛੇਵਾਂ ਦਰਿਆ ਨਸ਼ਿਆਂ ਦਾ ਵਗ ਰਿਹਾ ਉੱਥੇ ਇੱਕ ਲੋਤਾ ਪਿੰਡ ਹੈ ਇਹ ਜਿਸ ਦੇ ਵਿੱਚ ਅੱਜ ਤਾਈਂ ਕੋਈ ਵੀ ਨਸ਼ੇ ਦਾ ਕੇਸ ਨਹੀਂ ਆਇਆ ਔਰ ਨਸ਼ੇ ਤੋਂ 100% ਰਹਿਤ ਪਿੰਡ ਹੈ ਐਭੇ ਜੇ ਪਿੰਡ ਦੇ ਲੋਕ ਜਿਹੜੇ ਆ ਸਿਆਣੇ ਲੋਕ ਹੈ ਉਹ ਇਸ ਮਸਲੇ ਨੂੰ ਆਪਸੀ ਤੌਰ ਤੇ ਬੈਠ ਕੇ ਕਿਸ ਤਰ੍ਹਾਂ ਨਾਲ ਨਜਿੱਠਦੇ ਆ ਇਹ ਦੇਖਣ ਵਾਲਾ ਹੋਏਗਾ ਫਿਲਹਾਲ ਮੈਂ ਦਿਉ ਜੱਜ ਅਰਵਿੰਦਰਪਾਲ ਸਿੰਘ ਤਨੇਜਾ ਸਾਂਝਾ ਟੀਵੀ ਪੰਜਾਬ